ਗੁੱਡ ਮਾਰਨਿੰਗ ਸਟੂਡੈਂਟਸ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਅਸੀਂ ਕਰਾਂਗੇ 8th ਕਲਾਸ ਦੇ ਇਤਿਹਾਸ ਨਾਲ ਸੰਬੰਧਿਤ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਸ਼ਚਨ ਕਿਉਂਕਿ ਤੁਹਾਡੇ ਐਗਜ਼ਾਮ ਦੇ ਵਿੱਚ ਆਉਣ ਦੇ ਬਹੁਤ ਜ਼ਿਆਦਾ ਚਾਂਸ ਹੈ ਸੋ ਸਾਡਾ ਪਹਿਲਾ ਕੁਸ਼ਚਨ ਹੈ 1857 ਈਸਵੀ ਦੇ ਵਿਦਰੋਹ ਨੂੰ ਇਤਿਹਾਸਕਾਰ ਕੀ ਕਹਿੰਦੇ ਹਨ ਹੁਣ ਦੇਖੋ ਬੇਟਾ 1857 ਈਸਵੀ ਦੇ ਵਿਦਰੋਹ ਨੂੰ ਇਤਿਹਾਸਕਾਰ ਕੀ ਕਹਿੰਦੇ ਹਨ ਸਾਡੀ ਪਹਿਲੀ ਆਪਸ਼ਨ ਹੈ ਸੈਨਿਕ ਵਿਦਰੋਹ ਸੁਤੰਤਰਤਾ ਦੀ ਪਹਿਲੀ ਲੜਾਈ ਉਪਰੋਕਤ ਦੋਵੇਂ ਇਹਨਾਂ ਵਿੱਚੋਂ ਕੋਈ ਵੀ ਨਹੀਂ ਤਾਂ ਸਾਡੀ ਰਾਈਟ ਆਪਸ਼ਨ ਜੈ ਇਹ ਆਪਸ਼ਨ ਨੰਬਰ ਸੀ ਆਪਸ਼ਨ ਨੰਬਰ ਸੀ ਨੈਕਸਟ ਚੱਲਦੇ ਆਂ ਸੈਕਿੰਡ ਕੁਐਸਚਨ ਹੈ 1857 ਈਸਵੀ ਦੇ ਵਿਦਰੋਹ ਦੇ ਕਿਹੜੇ-ਕਿਹੜੇ ਕਾਰਨ ਸਨ 1857 ਈਸਵੀ ਦੇ ਵਿਦਰੋਹ ਦੇ ਕਿਹੜੇ-ਕਿਹੜੇ ਕਾਰਨ ਸਨ ਆਪਸ਼ਨ ਨੰਬਰ A ਰਾਜਨੀਤਿਕ ਸਮਾਜਿਕ ਆਰਥਿਕ ਉਪਰੋਕਤ ਸਾਰੇ ਅਸੀਂ ਆਪਸ਼ਨ ਨੰਬਰ D ਦੇ ਨਾਮ ਚਾਹਾਂਗੇ ਉਪਰੋਕਤ ਸਾਰੇ ਤੀਸਰਾ ਵਾਸ਼ਨ ਹੈਗਾ ਹੇਟ ਲਿਕੇ ਕਤਨ ਵਿੱਚੋਂ ਕਿਹੜਾ ਕਤਨ ਸਹੀ ਹੈ ਭਾਰਤੀ ਸੈਨਿਕਾਂ ਨੂੰ ਅੰਗਰੇਜ਼ੀ ਸੈਨਿਕਾਂ ਨਾਲੋਂ ਘੱਟ ਤਨਖਾਹ ਦਿੱਤੀ ਜਾਂਦੀ ਸੀ 1857 ਈਸਵੀ ਵਿੱਚ ਅੰਗਰੇਜ਼ੀ ਸਰਕਾਰ ਨੇ ਰਾਈਫਲ ਵਿੱਚ ਨਵੀਂ ਕਿਸਮ ਦੇ ਘਾਤੂਸਾਂ ਦੀ ਵਰਤੋਂ ਸ਼ੁਰੂ ਕੀਤੀ ਜਿਨ੍ਹਾਂ ਨੂੰ ਚਲਾਉਣ ਤੋਂ ਪਹਿਲਾਂ ਮੂੰਹ ਨਾਲ ਖੋਲਣਾ ਪੈਂਦਾ ਸੀ ਹੁਣ ਦੇਖੋ ਬੇਟਾ ਇਹਦੇ ਵੀ ਸਾਡੀ ਆਪਸ਼ਨਸ ਹੈਗੀਆਂ ਊੜਾ ਅਤੇ ਆੜਾ ਸਹੀ ਹਨ ਊੜਾ ਅਤੇ ਆੜਾ ਗਲਤ ਹਨ ਊੜਾ ਸਹੀ ਆੜਾ ਗਲਤ ਊੜਾ ਗਲਤ ਆੜਾ ਸਹੀ ਹੁਣ ਦੇਖੋ ਭਾਰਤੀ ਸੈਨਿਕਾਂ ਨੂੰ ਅੰਗਰੇਜ਼ੀ ਸੈਨਿਕਾਂ ਨਾਲੋਂ ਘੱਟ ਦੀ ਤਨਖਾਹ ਦਿੱਤੀ ਜਾਂਦੀ ਸੀ ਬਿਲਕੁਲ ਸਹੀ ਗੱਲ ਹੈ ਬਿਲਕੁਲ ਸਹੀ ਹੈ ਬੇਟਾ ਜੀ ਕਿਉਂਕਿ ਅਜਿਹਾ ਹੀ ਹੁੰਦਾ ਸੀਗਾ ਜਿਹੜੇ ਪਾਰਦੇਸ ਦੇ ਸੈਨਿਕ ਸਨ ਉਹਨਾਂ ਨੂੰ ਅੰਗਰੇਜ਼ੀ ਸੈਨਿਕਾਂ ਦੇ ਅਕੋਰਡਿੰਗਲੀ ਦੇਖਿਆ ਜੇ ਤਾਂ ਬਹੁਤ ਘੱਟ ਤਨਖਾਹ ਮਿਲਦੀ ਸੀਗੀ ਤਾਂ ਦੂਸਰੀ ਆਪਸ਼ਨ ਹੈ 1457 ਇਸ ਵਿੱਚ ਅੰਗਰੇਜ਼ੀ ਸਰਕਾਰ ਨੇ ਰਾਈਫਲਾਂ ਵਿੱਚ ਨਵੀਂ ਕਿਸਮ ਦੇ ਕਾਤੂਸਾਂ ਦੀ ਵਰਤੋਂ ਸ਼ੁਰੂ ਕੀਤੀ ਜਿਹਨਾਂ ਨੂੰ ਚਲਾਉਣ ਤੋਂ ਪਹਿਲਾਂ ਮੂਨਰ ਖੋਲਣਾ ਪੈਂਦਾ ਸੀ ਬਿਲਕੁਲ ਸਹੀ ਹੈ ਇਸ ਕਰਕੇ ਆਸੀ ਆਪਸ਼ਨ ਨੰਬਰ ए ऑप्शन नंबर हेलो दोस्तों क्या आपको इंग्लिश बोलने में हिचकिचाहट होती है आप इंग्लिश इंटरव्यू की तैयारी करना चाहते हैं आप फ्रांटेदार इंग्लिश बोलना चाहते हैं तो आपके लिए है गुड न्यूज़ क्योंकि डाउनलोड आपके लिए लेकर आए इंग्लिश स्पीकिंग कोर्स जहां आपको इंडिया के टॉप टीचर्स सिखाएंगे बेसिक लेवल से इंग्लिश बोलना वो भी हिंदी में अब हर बच्चा फ्रांटेदार इंग्लिश बोल सकता है और इतना ही नहीं आपको लास्ट में एक सर्टिफिकेट भी दिया जाएगा अभी डाउनलोड पर जाकर इसे जरूर खरीदें इतना अच्छा दाम आपको कहीं नहीं मिलेगा कोर्स का लिंक डिस्क्रिप्शन में दिया हुआ है प्रश्न वाल चलते हैं नैक्सट क्वेश्चन है पेशवा राव दूसरे की मौतों बाद कौन उसका उत्तराधिकारी बनया तो फस्ट ऑप्शन है नाना साहेब शाहजफर बाबर या हुमायू सो राइट ऑप्शन हैगी है नाना साहेब ऑप्शन नंबर ਏ ਦੇ ਨਾਲ ਚਾਵਾਂਗੇ অপশন নাম্বার এ ਦੇ ਨਾਲ ਚਾਵਾਂਗੇ नेक्स्ट क्वेश्चन ਕਰਦੇ ਹਾਂ ਲਾਰਡ ਲੋਜੀ ਨੇ ਲੈਪਸ ਦੀ ਨੀਤੀ ਤੋਂ ਬਾਅਦ ਲਾਰਡ ਲੋਜੀ ਨੇ ਲੈਪਸ ਦੀ ਨੀਤੀ ਅਨੁਸਾਰ ਕਿਹੜੇ ਰਾਜਾ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਮਿਲਾ ਲਿਆ ਸੀ অপশন ਨੰਬਰ এ ਸੰਭਲਪੁਰ অপশন ਨੰਬਰ ਬੀ ਛਾਂਸੀ অপশন ਨੰਬਰ ਸੀ 나ਉਪੁਰ অপশন ਨੰਬਰ ਡੀ ਉਪਰੋਕਤ ਸਾਰੇ ਜਦੋਂ ਲਾਰਡ ਲੋਜੀ ਨੇ ਲੈਪਸ ਦੀ ਨੀਤੀ ਚਲਾਈ ਸੀ ਤਾਂ ਉਹਨਾਂ ਨੇ ਸੰਭਲਪੁਰ ਛਾਂਸੀ ਔਰ 나ਗਪੁਰ ਤਿੰਨੋਂ ਹੀ ਰਾਜਾਂ ਨੂੰ ਅੰਗਰੇਜ਼ੀ ਸਮਰਾਜ ਦੇ ਵਿੱਚ ਮਿਲਾ ਲਿਆ ਸੀ ਤੇ ਇਸ ਦੇ ਨਾਲ ਸਾਡਾ ਰਾਈਟ ਆਪਸ਼ਨ ਹੈ ਆਪਸ਼ਨ ਨੰਬਰ ਡੀ ਨੈਕਸਟ ਕੁਐਸਚਨ ਕਰਦੇ ਹਾਂ ਸਾਡਾ ਨੈਕਸਟ ਕੁਐਸਚਨ ਹੈ 1857 ਇਸਵੀ ਦਾ ਵਿਦਰੋਹ ਸਭ ਤੋਂ ਪਹਿਲਾਂ ਕਦੋਂ ਸ਼ੁਰੂ ਹੋਇਆ 1857 ਇਸਵੀ ਦਾ ਵਿਦਰੋਹ ਸਭ ਤੋਂ ਪਹਿਲਾਂ ਕਦੋਂ ਸ਼ੁਰੂ ਹੋਇਆ ਸੀਗਾ 28 ਮਾਰਚ 1857 ਇਸਵੀ ਨੂੰ 23 ਮਾਰਚ 1857 ਇਸਵੀ ਨੂੰ 26 ਮਾਰਚ 1857 ਈਸਵੀ ਨੂੰ 29 ਮਾਰਚ 1857 ਈਸਵੀ ਨੂੰ ਸਹੀ ਰਾਈਟ অপਸ਼ਨ ਹੈ ਸੀ ਜਮਾਂਗੇ অপਸ਼ਨ ਨੰਬਰ ਡੀ ਦੇ ਨਾਲ ਜਿਹੜਾ 1857 ਈਸਵੀ ਦਾ ਵਿਦਰੋਹ ਸਭ ਤੋਂ ਪਹਿਲਾਂ 1857 ਈਸਵੀ ਦਾ ਵਿਦਰੋਹ ਸਭ ਤੋਂ ਪਹਿਲਾਂ 29 ਮਾਰਚ 1857 ਈਸਵੀ ਨੂੰ ਸ਼ੁਰੂ ਹੋਇਆ ਸੀ ਨੈਕਸਟ ਕੁਸ਼ਨ ਵੱਲ ਚੱਲਦੇ ਹਾਂ 1857 ਈਸਵੀ ਦੇ ਵਿਦਰੋਹ ਦਾ ਪਹਿਲਾ ਸ਼ਹੀਦ ਕੌਣ ਸੀ 1857 ईसवी ਦੇ ਵਿਦਰੋਹ ਦਾ ਪਹਿਲਾ ਸ਼ਹੀਦ ਕੌਣ ਸੀ? অপশন ਨੰਬਰ A ਲਾਲਾ ਲਾਜਪਤ ਰਾਏ, অপশন ਨੰਬਰ B ਮਹਾਤਮਾ ਗਾਂਧੀ, অপশন ਨੰਬਰ C ਪੰਡਿਤ ਚਵਲਾ 네ਰু, অপশন ਨੰਬਰ D ਮੰਗਲ ਪਾਂਡੇ। ਹੁਣ ਦੇਖੋ ਬੇਟਾ। ਇਹਦੇ ਵਿੱਚ ਸਾਡਾ ਰਾਈਟ অপਸ਼ਨ ਹੈ অপশন ਨੰਬਰ D ਮੰਗਲ ਪਾਂਡੇ। অপশন ਨੰਬਰ D ਮੰਗਲ ਪਾਂਡੇ। ਨੈਕਸਟ ਚੱਲਦੇ ਹਾਂ। 1857 ਜੀ 1857 ਇਸਵੀ ਦਾ ਵਿਦਰੋਹ ਸਭ ਤੋਂ ਪਹਿਲਾਂ ਕਿੱਥੇ ਸ਼ੁਰੂ ਹੋਇਆ ਸੀਗਾ 1857 ਇਸਵੀ ਦਾ ਵਿਦਰੋਹ ਸਭ ਤੋਂ ਪਹਿਲੇ ਕਿੱਥੇ ਸ਼ੁਰੂ ਹੋਇਆ ਅੰਬਾਲਾ ਚਾਣੀ ਸ਼ੇ ਨੰਬਰ ਬੀ ਬੈਰਿਕਪੁਰ ਚਾਣੀ অপਸ਼ਨ ਨੰਬਰ ਸੀ ਬ੍ਰੋਕਾਟੋਮੀ ਸ਼ੇ ਨੰਬਰ ਡੀ ਇਹਨਾਂ ਵਿੱਚੋਂ ਕੋਈ ਵੀ ਨਹੀਂ ਇਹ অপਸ਼ਨ ਨੰਬਰ ਬੀ ਦੇ ਨਾਲ ਜਾਵਾਂਗੇ ਸਭ ਤੋਂ ਪਹਿਲੇ 1857 ਇਸਵੀ ਦਾ ਵਿਦਰੋਹ ਸਭ ਤੋਂ ਪਹਿਲੇ ਬੈਰਕਪੁਰ ਛਾਣੀ ਦੇ ਵਿੱਚ ਸ਼ੁਰੂ ਹੋਇਆ ਸੀ ਸ਼ੁਰੂ ਹੋਇਆ ਸੀ ਬੈਰਕਪੁਰ ਛਾਣੀ ਦੇ ਵਿੱਚ ਤੇ ਨੈਕਸਟ ਪ੍ਰਸ਼ਨ ਕਰਦੇ ਹਾਂ ਸਤੀ ਪ੍ਰਥਾ ਅਤੇ ਕੰਨਿਆ ਹੱਤਿਆ ਨੂੰ ਕਿੰਨੇ ਅਵੈਦ ਘੋਸ਼ਿਤ ਕਰ ਦਿੱਤਾ ਸਤੀ ਪ੍ਰਥਾ ਅਤੇ ਕੰਨਿਆ ਹੱਤਿਆ ਨੂੰ ਕਿੰਨੇ ਅਵੈਦ ਘੋਸ਼ਿਤ ਕੀਤਾ ਸੀਗਾ ਫਸਟ ਆਪਸ਼ਨ ਹੈ ਲਾਰਡ ਵਿਲੀਅਮ ਬੈਂਟਿੰਗ ਬੀ ਆਪਸ਼ਨ ਲਾਰਡ ਡਲੋਜੀ অপশন নাম্বার সি প্রকত তোమే অপশন নাম্বার ডি এর মধ্যে কোই ਵੀ নি এদে وچ ਸਾਟ ਅਵੇਲੇਬਲ ਕੋ রাইট অপশন ਹੈ ও এক অপশন নাম্বার সি صدی प्रथा ਅਤੇ कन्या ਹਤਿਆ ਨੂੰ ਲਾਰਡ ਵਿਲੀਅਮ ਬੈਂਟਿੰਗ ਨੇ ਵੀ ਅਬਾਧ ਘੋਸ਼ਿਤ ਕੀਤਾ ਸੀ ਕੋ ਲਾਰਡ ਡਲਹৌসি さん সো ਬੇਟਾ ਐਸੀ ਆਜ ਤੇ ਸਾਡੇ ਕੁਐਸਚਨ ਸੋਸ਼ਲ ਸਾਇੰਸ ਨਾਲ ਸੰਬੰਧਿਤ ਇਤਿਹਾਸ ਦੇ ਵਿੱਚ ਆਉਣ ਦੇ ਜਿਨ੍ਹਾਂ ਤੇ ਬਹੁਤ ਹੀ ਵੱਧ ਤੋਂ ਵੱਧ ਚਾਂਸ ਹਨ ਸੋ ਇਸੇ ਤਰ੍ਹਾਂ ਹੀ ਅੱਗੇ ਹੋਰ ਕੁਐਸਚਨ ਕਰਨ ਦੇ ਲਈ ਜੁੜੇ ਰਹੋ ਸਾਡੇ YouTube ਚੈਨਲ ਦੇ ਨਾਲ ਸੋ ਅੱਜ ਦੇ ਲਈ ਬਸ ਇੰਨਾ ਹੀ ਨੈਕਸਟ ਵੀਡੀਓ ਦੇ ਹਾਜ਼ਰ ਹੋਵਾਂਗੇ ਨੈਕਸਟ ਵੀਡੀਓ ਲਾਈਕ ਓਕੇ ਬੇਟਾ